ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਗੁਰਜਿੰਦਰ ਸਿੰਘ ਪੰਗੂ ਅਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਧਾਲੀਵਾਲ ਸਾਹਿਬ ਜੀ ਆਇਆਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਬੜੀ ਮਿਹਰਬਾਨੀ ਤੁਹਾਡੀ ਜੀ ਦਰਸ਼ਕੋ ਜੋ ਬੀਤੇ ਦੋ ਦਿਨ ਪਹਿਲਾਂ ਵਾਪਰਿਆ ਉਸ ਤੋਂ ਤੁਸੀਂ ਅਣਜਾਣ ਵੀ ਹੋ ਕਿ ਪ੍ਰਾਈਮ ਮਿਨਿਸਟਰ ਦਾ ਫਿਰੋਜ਼ਪੁਰ ਪ੍ਰੋਗਰਾਮ ਰੱਖਿਆ ਸੀ ਹੋਰ ਰੈਲੀ ਰੱਦ ਹੋ ਗਈ ਉਸ ਤੋਂ ਬਾਅਦ ਅਸੀਂ ਵੀ ਲੋਕ ਰਣ 'ਤੇ ਇਹ ਗੱਲ ਵਾਰ ਵਾਰ ਕਰ ਰਹੇ ਹਾਂ ਕਿ ਐਡੀ ਇਹ ਗੱਲ ਨਹੀਂ ਹੈਗੀ ਜਿੱਡੀ ਗੱਲ ਵਧਾ ਚੜਾ ਕੇ ਦੱਸੀ ਜਾ ਰਹੀ ਹੈ ਗੱਲ ਤਾਂ ਸਿਰਫ ਇਹ ਇੰਨੀ ਕੁ ਗੱਲ ਹੈ ਕਿ ਬਠਿੰਡਾ ਏਅਰਪੋਰਟ 'ਤੇ ਪ੍ਰਾਈਮ ਮਿਨਿਸਟਰ ਨੇ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਉੱਥੋਂ ਉਤਰੇ ਉਸ ਤੋਂ ਬਾਅਦ ਰੈਲੀ 'ਚ ਜਾਣਾ ਸੀ ਰੈਲੀ 'ਚ ਜਾਣ ਤੋਂ ਪਹਿਲਾਂ ਇਹ ਪ੍ਰੋਗਰਾਮ ਸੀ ਕਿ ਹੁਸੈਨੀ ਵਾਲਾ ਜਾਣਾ ਮੌਸਮ ਖਰਾਬ ਸੀ ਬਾਏ ਏਅਰ ਜਾ ਨਹੀਂ ਸਕੇ ਪ੍ਰੋਗਰਾਮ ਬਣਿਆ ਕਿ ਇੰਨੇ ਕਿਲੋਮੀਟਰ ਦਾ ਰਸਤਾ ਆਪਣਾ ਕਾਫਲਾ ਇੰਨੇ ਕੁ ਸਮੇਂ 'ਚ ਕਵਰ ਕਰ ਲੂਗਾ ਕਵਰ ਅਪ ਕਰ ਲੂਗਾ ਸਾਰੇ ਇਸ ਏਰੀਏ ਨੂੰ ਉਸ ਤੋਂ ਬਾਅਦ ਅਚਾਨਕ ਕੀ ਹੁੰਦਾ ਕਾਫਲਾ ਉਹ ਕਿਸਾਨਾਂ ਦੇ ਜਿੱਥੇ ਅੰਦੋਲਨ ਹੁੰਦਾ ਜਿੱਥੇ ਜੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੁੰਦਾ ਪ੍ਰਾਈਮ ਮਿਨਿਸਟਰ ਦੇ ਖਿਲਾਫ਼ ਉੱਥੇ ਕਾਫਲਾ ਉਸ ਜਾ ਕੇ ਵੜ ਜਾਂਦਾ ਅੱਗੇ ਹੋਰ ਗੱਡੀਆਂ ਹੁੰਦੀਆਂ ਟ੍ਰੈਫਿਕ ਦੀਆਂ ਉਸ ਤੋਂ ਪਿੱਛੇ ਕਾਫਲਾ ਉਹ ਰੁਕ ਜਾਂਦਾ ਨਾ ਤਾਂ ਕਿਸਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਕਿ ਇਸ ਰਸਤੇ ਤੋਂ ਪ੍ਰਾਈਮ ਮਿਨਿਸਟਰ ਨੇ ਆਉਣਾ ਤਾਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਟੀ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਜਿਸ ਰਸਤੇ ਤੋਂ ਅਸੀਂ ਜਾ ਰਹੇ ਹਾਂ ਉੱਥੇ ਕਿਸਾਨਾਂ ਦਾ ਅੱਗੇ ਸੰਘਰਸ਼ ਚੱਲਦਾ ਪ੍ਰੋਟੈਸਟ ਚੱਲਦਾ ਉਸ ਤੋਂ ਬਾਅਦ ਸਿਕਿਉਰਟੀ ਨਾਲ ਸਲਾਹ ਕੀਤੀ ਜਾਂਦੀ ਹੈ ਕਿ ਅਸੀਂ ਇੱਥੋਂ ਹੀ ਵਾਪਸ ਮੁੜ ਜਾਈਏ ਇੱਕ ਤਾਂ ਅੱਗੇ ਸਾਡਾ ਵਿਰੋਧ ਹੋ ਰਿਹਾ ਦੂਜਾ ਰੈਲੀ 'ਚ ਉਸ ਮੁਕਾਬਲੇ ਦਾ ਇਕੱਠ ਨਹੀਂ ਹੋ ਪਾਇਆ ਜਿੱਡੀ ਸਮਰੱਥਾ ਜਾਂ ਸੋਚ ਅਨੁਸਾਰ ਪ੍ਰਾਈਮ ਮਿਨਿਸਟਰ ਨੇ ਵਿਜ਼ਿਟ ਕੀਤਾ ਸੀ ਪੰਜਾਬ ਦੇ ਵਿੱਚ ਉਸ ਪੁਲ 'ਤੇ ਖੜ ਕੇ ਇਹ ਪ੍ਰੋਗਰਾਮ ਬਣਦਾ ਕਿ ਹੁਣ ਦਿੱਲੀ ਨੂੰ ਵਾਪਸ ਜਾਇਆ ਜਾਵੇ ਇਸੇ ਮਸਲੇ 'ਤੇ ਸਾਰਾ ਮੀਡੀਆ ਅਖਬਾਰਾਂ ਸਾਰਾ ਹਰ ਤਰ੍ਹਾਂ ਦਾ ਵਰਗ ਗੱਲਬਾਤ ਕਰ ਰਿਹਾ ਅਸੀਂ ਵੀ ਗੱਲਬਾਤ ਕਰਾਂਗੇ ਲੋਕ ਰਣ 'ਤੇ ਤੁਸੀਂ ਪਹਿਲਾਂ ਵੀ ਸਾਡੇ ਪ੍ਰੋਗਰਾਮ ਦੇਖ ਚੁੱਕੇ ਹੋ ਇਸ ਮਸਲੇ 'ਤੇ ਅਸੀਂ ਵੀ ਗੱਲਬਾਤ ਕਰਾਂਗੇ ਧਾਲੀਵਾਲ ਸਾਹਿਬ ਨਾਲ ਧਾਲੀਵਾਲ ਸਾਹਿਬ ਨਾਲ ਐਜ਼ ਏ ਚਿੰਤਕ ਗੱਲਬਾਤ ਕਰਾਂਗੇ ਕਿ ਅਸਲ ਸਨੈਰੀਓ ਦਰਸ਼ਕਾਂ ਨੂੰ ਸਮਝਾ ਸਕਣ ਕਿ ਐਡੀ ਗੱਲ ਨਹੀਂ ਜਿੱਡਾ ਧਰੂਵੀਕਰਨ ਇਹ ਕੀਤਾ ਜਾ ਰਿਹਾ ਧਾਲੀਵਾਲ ਸਾਹਿਬ ਸਮਝਾਓ ਫਿਰ ਇਹ ਪੂਰਾ ਮਾਮਲਾ ਕਿ ਜਿੱਡੀ ਹਵਾ ਬਣਾਈ ਜਾ ਰਹੀ ਹੈ ਇਸ ਮਾਮਲੇ ਦੀ ਜਿੱਡੀ ਘਟਨਾ ਘਟ ਕੇ ਦੱਸੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਉੱਦਾਂ ਹੀ ਸੀ ਜਾਂ ਫਿਰ ਗੱਲ ਛੋਟੀ ਮੋਟੀ ਸੀ ਪੰਗੂ ਸਾਹਿਬ ਇਹ ਹੈ ਕਿ ਪਿਛਲੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਭ ਚੈਨਲਾਂ 'ਤੇ ਇਹਦੇ ਬਾਰੇ ਕਾਫੀ ਕੁਛ ਆ ਗਿਆ ਜੀ ਔਰ ਮੈਂ ਇਹਨੂੰ ਪਰਸਨਲੀ ਇਹ ਸਮਝਦਾ ਕਿ ਕਾਫੀ ਕੁਛ ਕਲੀਅਰ ਵੀ ਹੋ ਗਿਆ ਜਨਤਾ ਨੂੰ ਹੁਣ ਕਿਸੇ ਨੇ ਵਧਾਉਣਾ ਹੈ ਚੜ੍ਹਾਉਣਾ ਹੈ ਉਹ ਵੱਖਰੀ ਗੱਲ ਹੈ ਪਰੰਤੂ ਇਹ ਸਾਫ਼ ਹੈ ਕਿ ਗੱਲ ਕੀ ਸੀ ਇਹਦੇ ਵਿੱਚ ਗੱਲ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਜੀ ਬਠਿੰਡਾ ਏਅਰ ਸਟੇਸ਼ਨ 'ਤੇ ਉਹਨਾਂ ਲੈਂਡ ਕੀਤੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰੋਜ਼ਪੁਰ ਪਹੁੰਚਣਾ ਸੀ ਰੈਲੀ ਵਿੱਚ ਜੀ ਟੀ ਵੀ 'ਤੇ ਮੈਂ ਵੀ ਦੇਖ ਰਿਹਾ ਸੀ ਕਿ ਖਬਰਾਂ ਆਈਆਂ ਕਿ ਜੀ ਹੁਣ ਉਹ ਮੌਸਮ ਖਰਾਬ ਹੋਣ ਕਰਕੇ ਇੱਥੋਂ ਅੱਗੇ ਚਾਲੇ ਪਾਉਣਗੇ ਰੈਲੀ ਦੇ ਵਿੱਚ ਹੁਣ ਜਿਹੜੀ ਇਹਦੀਆਂ ਸਾਰੀਆਂ ਗੱਲਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਜੇ ਉਹਨਾਂ ਕੜੀਆਂ ਨੂੰ ਜੋੜ ਕੇ ਕੋਈ ਅਰਥ ਕੱਢੀਏ ਤਾਂ ਇਹੀ ਬਣਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਕਾਰਜਕ੍ਰਮ ਸੀ ਨਿਯਮਿਤ ਤਰੀਕੇ ਨਾਲ ਪਹਿਲਾਂ ਅਨਾਊਂਸ ਕੀਤਾ ਗਿਆ ਸੀ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਜੀ ਆਉਣਗੇ ਫਿਰ ਇਹਦੇ ਚਰਚੇ ਹੋਏ ਕਿ ਪ੍ਰਧਾਨ ਮੰਤਰੀ ਜੀ ਇਹ 'ਤੇ ਕੋਈ ਬਹੁਤ ਵੱਡੇ ਵੱਡੇ ਐਲਾਨ ਕਰਨਗੇ ਫਿਰ ਇਹ 'ਤੇ ਵੱਡੇ ਲੀਡਰਾਂ ਨੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਸਿਆਸਤ ਸ਼ੁਰੂ ਕਰਤੀ ਪ੍ਰਧਾਨ ਮੰਤਰੀ ਜੀ ਦੇ ਆਉਣਾ ਵੀ ਇੱਕ ਸਿਆਸੀ ਕਾਰਜਕ੍ਰਮ ਦੇ ਅਧੀਨ ਸੀਗਾ ਇਲੈਕਸ਼ਨਾਂ ਦੇ ਦਿਨ ਨੇ ਅਖਬਾਰਾਂ ਨੇ ਪਹਿਲਾਂ ਹੀ ਇਹ ਰਿਪੋਰਟ ਕਰਤਾ ਸੀ ਕਿ ਪ੍ਰਧਾਨ ਮੰਤਰੀ ਦੇ ਆਉਣ ਕਰਕੇ ਮੈਂ ਨਹੀਂ ਕਹਿੰਦਾ ਇਹ ਗੱਲ ਸੱਚੀ ਹੈ ਕਿ ਨਹੀਂ ਪਰ ਮੀਡੀਆ 'ਚ ਇਹ ਗੱਲ ਆਈ ਹੈ ਕਿ ਪ੍ਰਧਾਨ ਮੰਤਰੀ ਦੇ ਆਉਣ ਕਰਕੇ ਚੋਣ ਕਮਿਸ਼ਨ ਜਾਬਤਾ ਲੇਟ ਹੋ ਰਿਹਾ ਹੈ ਕਿ ਜਦੋਂ ਉਹ ਇਹ ਸਾਰਾ ਕੁਛ ਅਨਾਊਂਸ ਕਰ ਜਾਣਗੇ ਫਿਰ ਉਸ ਤੋਂ ਬਾਅਦ ਚੋਣ ਜਾਬਤਾ ਉਸ ਤੋਂ ਬਾਅਦ ਇੱਕ ਯੂਪੀ ਦੀ ਰੈਲੀ ਰੱਖੀ ਹੋਈ ਸੀ ਕਿ ਉਹ ਸਾਰਾ ਕੁਛ ਹੋਣ ਤੋਂ ਬਾਅਦ ਫਿਰ ਚੋਣ ਜਾਬਤਾ ਲਾਗੂ ਹੋ ਜਾਊਗਾ ਮਤਲਬ ਚਲੋ ਇਹ ਕਿਆ ਸਰਾਈਆਂ ਨੇ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਅਸਲ 'ਚ ਕੀ ਹੈ ਹੁਣ ਜਿਉਂ ਹੀ ਮੋਰਨਿੰਗ ਪ੍ਰਧਾਨ ਮੰਤਰੀ ਜੀ ਉਤਰਦੇ ਨੇ ਉਸੇ ਸਮੇਂ ਵੱਡੇ ਬਾਦਲ ਸਾਹਿਬ ਦਾ ਇੱਕ ਬਿਆਨ ਆ ਜਾਂਦਾ ਜੇ ਤੁਸੀਂ ਦੇਖਿਆ ਹੋਵੇ ਮੋਰਨਿੰਗ ਜੀ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਮੈਂ ਬੇਨਤੀ ਕਰਦਾ ਮੇਰੇ ਉਹਨਾਂ ਨਾਲ ਬਹੁਤ ਅੱਛੇ ਰਿਲੇਸ਼ਨ ਰਹੇ ਨੇ ਉਹ ਮੇਰਾ ਬਹੁਤ ਸਤਿਕਾਰ ਕਰਦੇ ਨੇ ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਚੰਡੀਗੜ੍ਹ ਪੰਜਾਬ ਨੂੰ ਦੇ ਜਾਣ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਦੇ ਜਾਣ ਇਹਦਾ ਅਰਥ ਕੀ ਹੈ ਇਹਦਾ ਅਰਥ ਇਹ ਸੀ ਕਿ ਅਕਾਲੀ ਦਲ
कांग्रेस जां कोई होर आम आदमी पार्टी इन्हां पार्टियां नूं ਇਹ ਡਰ ਲੱਗਿਆ ਪਿਆ ਸੀ ਅੰਦਰੋਂ ਕਿ ਪ੍ਰਧਾਨ ਮੰਤਰੀ ਕੋਈ ਐਸੇ ਐਲਾਨ ਨਾ ਕਰ ਜਾਣ ਜਿਹਦੇ ਨਾਲ ਵੋਟਰਾਂ ਦਾ ਝੁਕਾਓ ਬੀਜੇਪੀ ਵੱਲ ਹੋ ਜਾਵੇ। ਦੂਸਰੇ ਪਾਸੇ ਰਾਣਾ ਗੁਰਮੀਤ ਸੋਢੀ ਉਹ ਸਾਰੀ ਸਟੇਜ ਨੂੰ ਦੇਖ ਰਹੇ ਸੀ। ਪ੍ਰਧਾਨ ਮੰਤਰੀ ਆਉਣ ਤੋਂ ਪਹਿਲਾਂ ਉਹਨਾਂ ਦੇ ਸਟੇਜ ਤੋਂ ਵਿਜ਼ੂਅਲ ਦਿਖਾਏ ਗਏ ਕਿ ਉੱਥੇ ਪਹੁੰਚ ਗਏ ਜੀ, ਉਹ ਸਾਰਾ ਇੰਤਜ਼ਾਮ ਦੇਖ ਰਹੇ ਨੇ। ਅਤੇ ਸਰਦਾਰ ਅਮਰਿੰਦਰ ਸਿੰਘ ਜੀ ਨੇ ਉੱਥੇ ਪਹੁੰਚਣਾ ਸੀ, ਬੋਲਣਾ ਵੀ ਸੀ। ये तो अंदाजा ये लगता है कि ये एक खास गल मैं जरूर देखण च मैनू आई, एक गलती कित्थे है, ठीक कित्थे है, इहदा संकेत मैनू नहीं कि मीडिया दे विच जिहड़े बीजेपी दे बहुत सरगर्म आगू हुंदे सी, हरजीत गरेवाल जी, ज्ञानी जी, तो वो अपने चुग साहब राज्यसभा दे मैंबर भी ने मेरे ख्याल, वो किते दिखाई नहीं दिते, मतलब वो माड़ा मोटा कित दिखे, बहुत ज़्यादा वो नहीं दिखाई दिते कि भी वो कोई इंतजाम कर रहे ने, की कर रहे ने, की नहीं कर रहे। सो जेकर मोटे रूप से दे रखिए मैनू ये लग रहा है कि ये जिहड़ा कांग्रेस का राजा अमरिंदर सिंह की अगवाई विच ग्रुप टुट के आ रहा है, क्योंकि राणा गुरमीत सोढी भी फिरोजपुर हल्के दे ने, उस जिले नूं बिलोंग करते ने, मैनू ये लग रहा कि सारी जिम्मेवारी उन्हां दी सी कि वह बहुत बड़ा कट कर लेंगे जी, परंतु वो कट होया नहीं। ये ना कट होने का मैनू एक ये भी खदशा है कि ते एक कशमकश ना हो, मैं खदशा जाहिर करदा कि एक कट का क्रैडिट अमरिंदर सिंह नू जाएगा जा बीजेपी नू जाएगा। मतलब मैं थोनों एक बड़ी उलझण जी वाली है गल ये हासी भरी कि एक बारी किसी साधु ने एक कट किया, साधु ने कहा सारे पिंड वालों कि आप पुन करांगे इत्थे कुंड दे विच बिना पानी तो सारे गड़बी गड़बी जिहदे कोल थोड़ा चो थोड़ा दुध पा के जायो पर पानी वाला नहीं पा के जाना। ज्यों ही पिंड वाले दुध दियां गड़बियां लैके आपो अपना पाउण आए, हर एक नूं इह लग्गिया कि आपां तां थोड़ा जिहा दुध ज़्यादा पानी पा दो, सारा पिंड प्योर लियाऊगा, इन्ने कु पानी दा मेरा किहड़ा पता लगूगा। तो मुड़ के जदों उह कुंड देखिया, उहने भी टैस्ट ही कीता सी साधु ने, उह जदों कुंड देखिया उह कुंड वाले सारे दुध च कोई दो चार हिस्से जां पंज पैसे कह लो 5% दुध सी ते बाकी सारा पानी सी, सारे पानी लाए। इस करके मैनूं इह लगदा कताही सारी इत्थे होई है कि जिहड़ियां वक्खरियां वक्खरियां धिरां सी, एक होगी ढिंडसा साहब ने सवेरे बयान देता कि आपां नूं तां हो गया करोना, आपां तां जांदे नहीं। अमरिंदर सिंह दा कट उन्हां तों नहीं होया, उन्हां नूं लग्गिया भी कट बीजेपी कर लूगी, प्रधानमंत्री ने आउणा है सरकारी तौर ते इन्नियां, क्योंकि सब नूं पता भी जिवें उत्थे कट हुंदा हुंदा है कि कट उत्थे हो जूगा। परंतु जिस किस्म नाल पहले ही किसान यूनियनज ने अपना प्रोग्राम ऐलान किया होया सी, और जिद्दां दीआं वीडियोज़ आईआं ने, जिस किस्म नाल बसां च चढ़ के उन्हां दे वर्करां ने हथ बन के बेनती मावां भैणां कह के, मैं देखिया ने बड़िया वीडियोज़ वायरल हुई ने, उन्हां नूं बसां च चढ़ के कहा भी तुसीं संघ करो यार, ऐसे 700 तो उपर साडे किसान मारते इन्हां ने, उन्होंने ये शब्द यूज़ किए कि इन्होंने मारते साडे किसान, और तुसीं फिर उत्थे चलो संघ करो कुछ, आपां पिंड च इकट्ठे रहना है, आपां नहीं इत्थे जाना, तुसीं मतलब ये कर की रहे हो। और मैं उत्तर दे देखे ने लोग बसां च इस अपील ते, एक बस च कोई इदां दी वीडियो वायरल होई कि उत्थे भैणां नूं अपील की, उन्होंने ओपनली कहा भी वीरे असीं तां दिहाड़ी ते जांदे आ, बिल्कुल उन्होंने उहदे वी भैण जे तुसीं इह गल सच्ची है जे दिहाड़ी ते चलो फिर असीं थोड़े च वाधा नहीं बणदे, फिर तुसीं अपनी दिहाड़ी ते जाओ। सो घटनावां इह होईआं ने जिहदे करके एक तो वध कारण सी बीजेपी दा आधार पहलां नहीं, इह जिवें जिवें साडे वड्डे लीडरां ने, इत्थे मैं नां नहीं लैणा चाहूँगा, सारे लोग जाणदे ने, जिमें जिमें वो लीडर ने मारिया भी तुसी देख लियो बीजेपी ऐ कर दूगी, साड़ी पार्टी ऐ कर दूगी, वो तो दो किसान तो चार ने, किसान तो पंज ने, यह तो मुठ्ठी भर ने, साडा इत्थे इदां है, वो सारा इन्हां दा जिहड़ा त्रुप कार्ड सी वो नहीं चलिया, उत्तों रब की करोपी मीह पैण लग गया, जिहड़ा चंगा भला जाना चाहुंदा सी वो भी नहीं जाया। उस तो अगे किसानां ने अपनी अनाउंसमेंट मुताबक थां थां ते जो दिखाया जा रहा है, उन्होंने अपने
रोस मुजहरे वजो लोग बैठे जरूर, पर मैं अज भी अखबार पढ़िया, मैं किते नहीं पढ़िया कि किसानां ने किसी थां ते धरने ते बैठ के सड़क ते 40 बसां रोक लिया ते उत्थे बीजेपी दे वर्करां ते किसानां दे विचाले झड़प हो गई। ते जे देखो दो चार बसां किते जरूर रोकियां होणगियां, पर जे बहुत गिणती च रोकियां हुंदियां मेरी जानकारी मुताबक झड़प होनी चाहिए आ उत्थे। जे तां होवे ना एक पासे 10 बंदे ने एक पासे 400 बंदा है फिर झड़प नहीं हुंदी, जे उधर भी 400 ने उधर भी 400 ने फिर चांसिस ने उत्थे झड़प होण दे। सो किते इदां दी खबर नहीं आई, इहदा मतलब इह होया कि ये सारे लोग जिहड़े बीजेपी पक्षी सी, चाहे वह लोग कांग्रेस होवे पंजाब लोग कांग्रेस होवे, चाहे वह ढिंडसा साहब का अकाली दल होवे, चाहे वह बीजेपी दे वर्कर होण, इहे लोकां नू मोबलाइज नहीं कर सके, लोकां नू लैके आउण लई तैयार नहीं कर सके, लोग नहीं आए। मैनू लगता है कि प्रधानमंत्री जी जे इस गल नू मन्नण, मैं भी इदां दीआं पोलीटिकल रैलियां दे विचों जांदा रहा, मैं देखदा रहा, मेरे मुताबक यह टाइम गैप अरेंजमेंट सीगा कि जे प्रधानमंत्री जी बाई रोड हो जाते हैं, जिहड़े बंदे ने कहा सी कि असीं बहुत कट कर लांगे, पार्टियां च हुंदा इदां अंत तक लोग झूठ बोली जाते हैं, दो बसां जाके साडियां 10 आ गईआं जी, साडियां 15 आ गईआं जी, साडियां इन्नियां आ गईआं जी, वह बसां का ऐ लगता हुंदा भी हुण जो हो गया दो घंटे च गुजारे जोगा कट हो जाएगा। उदों प्रधानमंत्री जी, क्योंकि ये एक गल होर कमाल की जुड़ती है, जदों प्रधानमंत्री जी बठिंडे तो रवाना होंदे ने उदों ये शड्यूल हुंदा है, जो टीवी ते मैं देखा है उदों शड्यूल ये हुंदा है कि प्रधानमंत्री जी पहले रैली नूं संबोधन करनगे, फिर हुसैनी वाला जाणगे, फिर रस्ते च फिर प्रोग्राम बदल गया भी नहीं पहला हुसैनी वाला जाणगे, इहदा मतलब फिर मैनेजमेंट ने चाहिया कि होर डिले हो जाए जिन्नी कु हुंदी है घंटा ताकि इकट्ठ हो जाए, इकट्ठ उत्थे होया नहीं। पर यह भी सच है कि उत्थे सामने तो किसानां दीआं कोई गड्डियां उस रूट ते किवें आ गईआं, किहदी अणगहली करके आ गईआं, इहनू कोई भुल कह लो अणगहली कह लो कुछ भी हो सकता है, जिहड़ियां वह गड्डियां आ गईआं वह 200-400 मीटर पिछे वह गड्डियां रुक गईआं ते उत्थे ही वह बैठ बिठाते उत्थे ही बैठ गए, उन्होंने नारे भी लाए ने, उन्होंने उत्थे सरकार दे खिलाफ अपना रोस भी प्रदर्शन किया, बस इस गल करके पुल दे उत्ते कोई नहीं दिखाई दिता, पुल दे उत्ते मोदी जिंदाबाद दे नारे की एक वीडियो आई है वह लगे ने, वह मैनू नहीं पता कौन सी वह, पर पुल ते किसानां दे नारे लगने किते दिखाई नहीं दिते, पुल तो थोड़ी दूर किते उन्होंने वो जिहड़ियां गड्डियां आईयां ने उस चों 150 लोग वो रुके हुए उन्होंने नारे जरूर लाए होंगे, उन्होंने हक है, वह उस ते गलती नाल आ गए ते उस कारण करके उदों बाद शायद प्रधानमंत्री जी नूं पोजीशन क्लीयर हो गई, वह वापस हो गए। प्रधानमंत्री की रक्षा दे विच जिहड़ी इह भुल होई मेरे मुताबक ये भी नहीं सी होनी चाहिए, और मैनू पक्का यकीन है जिस किस्म दी शांति किसानां ने अंदोलन दे दौरान दिखाई, जेकर किसानां नू पता हुंदा कि इस रूट तो प्रधानमंत्री जी आ रहे ने तां ओ जिथे धक्के नाल एंटर हो रहे हुंदे तां उन्हां दी झड़प होनी सी उत्थे, होर किते भी पुलिस नाल किते झड़प नहीं होई, ते इत्थे झड़प जे नहीं होई इहदा मतलब ओ गलती नाल आए ने, नहीं तो पुलिस क्यों आने दिंदी, जां ओ किते ऐसे नाके तो एंटर होए ने जिथे पुलिस खड़ी नहीं होगी तो उन्होंने तो जानकारी नहीं कि इस रूट ते आ रहे ने। सो इस करके जे आपां इहनू इदां मन लीए कि ठीक है यह सुरक्षा दे विच कोई भुल होई है, ये भुल होण दा सियासीकरण जिहड़ा करना यह उस तो भी बुरी गल है। अज तक हुण आपां उस गल नूं ये कह लो कई घंटे लंघ गए, वो टाइम लंघण तो हुण तक ये खबर नहीं आई कि प्रधानमंत्री जी किस जुम्मेवार बंदे नूं ये कह के गए कि तुहाडे मुख्यमंत्री नूं धन्नवाद कह दिओ ताकि मैं जिउंदा मुड़े आया। जेकर प्रधानमंत्री जी सीरीयस सनसैरिटी चो एयरपोर्ट के अधिकारियों
ਬਈ ਕਿਸੇ ਜ਼ਿੰਮੇਵਾਰ ਬੰਦੇ ਨੂੰ ਕਹਿ ਕੇ ਜਾਣ ਉੱਥੇ, ਜਦੋਂ ਏਅਰਪੋਰਟ ਦੇ ਅਧਿਕਾਰੀ ਕਿਉਂ ਉੱਥੇ, ਐਡਮਿਨਿਸਟ੍ਰੇਸ਼ਨ ਦੇ ਪ੍ਰਬੰਧਨ ਦੇ ਬੰਦੇ ਵੀ ਤਾਂ ਹੋਣਗੇ ਨਾ ਉੱਥੇ, DC ਵੀ ਹੋਏਗਾ ਉੱਥੇ, ਕਮਿਸ਼ਨਰ ਵੀ ਹੋਏਗਾ ਉੱਥੇ, ਪੁਲਿਸ ਦਾ ਅਫਸਰ ਵੀ ਹੋਏਗਾ। ਮਤਲਬ ਪ੍ਰਧਾਨ ਮੰਤਰੀ ਜੀ ਬੁਲਾ ਕੇ ਉਹਨੂੰ ਇਕੱਲੇ ਨੂੰ ਨਹੀਂ ਕਹਿ ਸਕਦੇ ਵੀ ਮੁੱਖ ਮੰਤਰੀ ਨੂੰ ਇਹ ਗੱਲ ਕਹਿ ਦਿਓ, ਉਹ ਪਬਲਿਕ ਦੇ ਵਿੱਚ ਇਹ ਗੱਲ ਕਹਿਣਾ, ਮੀਡੀਆ ਦੇ ਵਿੱਚ ਜਾਣਾ, ਇਹਦਾ ਕੀ ਮਤਲਬ ਹੈ? ਮਤਲਬ ਇਹ ਪ੍ਰਧਾਨ ਮੰਤਰੀ ਜੀ ਨੇ ਆਪਣੇ ਅਹੁਦੇ ਨੂੰ ਬਹੁਤ ਜ਼ਿਆਦਾ ਛੋਟਾ ਕੀਤਾ ਮੈਨੂੰ ਇਹ ਲੱਗਦਾ। ਇੱਕ ਦੂਜਾ, ਜੇਕਰ ਸੁਰੱਖਿਆ ਦੇ ਵਿੱਚ ਆਪਾਂ ਇਹ ਮੰਨ ਲਿਆ, ਮੈਂ ਤਾਂ ਪਹਿਲਾਂ ਹੀ ਮੰਨ ਲਿਆ ਇਹ ਕਿ ਸੁਰੱਖਿਆ ਦੇ ਵਿੱਚ ਕੋਈ ਚੂਕ ਹੋਈ ਹੈ, ਭੁੱਲ ਹੋਈ ਹੈ, ਇਹ ਜਿਹੜੀ ਭੁੱਲ ਹੋਈ ਹੈ ਇਹਦੇ ਬਾਰੇ ਪ੍ਰਧਾਨ ਮੰਤਰੀ ਜੀ ਨੂੰ ਬੋਲਣ ਦੀ ਜ਼ਰੂਰਤ ਕੀ ਹੈ? ਪ੍ਰਧਾਨ ਮੰਤਰੀ ਜੀ ਦੇ ਨਾਲ ਪੂਰੇ ਸੁਰੱਖਿਆ ਅਫਸਰ ਚੱਲਦੇ ਨੇ, ਵੱਡੇ ਵੱਡੇ ਅਫਸਰ ਚੱਲਦੇ ਨੇ, ਜੁਆਇੰਟ ਸੈਕਟਰੀ ਲੈਵਲ ਦੇ, ਸੈਕਟਰੀ ਲੈਵਲ ਦੇ ਕੋਈ ਬੰਦੇ ਉਹਨਾਂ ਦੀ ਉਹਨੂੰ ਦੇਖਦੇ ਨੇ, ਉਹ ਕੋਈ ਅਥੈਂਟਿਕ ਜਿਹੜਾ ਉਹਨਾਂ ਨੂੰ ਲੱਗਿਆ ਕਿ ਆਹ ਚੁੱਕ ਹੋਈ ਹੈ ਉਹ ਕਿਉਂ ਨਹੀਂ ਬਿਆਨ ਦਿੰਦੇ? ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ ਵੀ ਇਹ ਸੁਰੱਖਿਆ 'ਚ ਭੁੱਲ ਹੋਈ ਹੈ, ਅਸੀਂ ਇਹਦੀ ਜਾਂਚ ਕਰਾਂਗੇ, ਸੰਬੰਧਿਤ ਬੰਦਿਆਂ ਨੂੰ ਲਿਖਦੇ, ਜਾਂਚ ਕਰਕੇ ਜੋ ਰਿਪੋਰਟ ਆਉਂਦੀ ਹੈ, ਜੇ ਐਕਸ਼ਨ ਲੈਣਾ ਬਣਦਾ ਐਕਸ਼ਨ ਲਓ, ਜਾਂ ਮਤਲਬ ਅੱਗੇ ਤੋਂ ਕਰੈਕਟ ਕਰਨਾ ਬਣਦਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਤਾਂ ਕਰਨ। ਸਾਡੇ ਦੇਸ਼ ਆ ਵੀ ਹੁੰਦਾ ਨਾ ਕਿ ਵੀ ਸਿਆਸੀ ਲਾਹਾ ਲਿਆ ਜਾਵੇ। ਮੈਂ ਉਹੀ ਗੱਲ ਤਾਂ ਮੈਂ ਕਹਿ ਰਿਹਾ, ਮੈਂ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ, ਪ੍ਰਧਾਨ ਮੰਤਰੀ ਮੇਰਾ ਵੀ ਹੈ, ਮੇਰੇ ਪ੍ਰਧਾਨ ਮੰਤਰੀ 'ਤੇ ਕੋਈ ਉਂਗਲ ਉਠਾਉਂਦਾ, ਕੋਈ ਉਹਤੇ ਇੱਦਾਂ ਦਾ ਖਤਰਾ ਆਉਂਦਾ ਹੈ ਤਾਂ ਮੈਨੂੰ ਵੀ ਉਨੀ ਉਹ ਤਕਲੀਫ ਹੈ। ਹੁਣ ਇੱਥੇ ਮੈਂ ਇਹ ਗੱਲ ਕਹੂੰਗਾ ਬਾਰ ਬਾਰ, ਇਹ ਸਾਰਿਆਂ ਨੇ ਕਹੀ ਹੈ ਕਿ ਜਿਹੜੀ ਲੋਕ ਇਕੱਠੇ ਹੋ ਕੇ ਉੱਥੇ ਦੇਖਣ ਗਏ ਸੀ, 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਜੀ ਸਾਡੇ ਹੈਗੇ ਨੇ, ਜਿਨ੍ਹਾਂ ਨੇ ਚੀਨ ਪਿੱਛੇ ਹਟਾਤਾ, ਜਿਨ੍ਹਾਂ ਨੇ ਪਾਕਿਸਤਾਨ ਪਿੱਛੇ ਹਟਾਤਾ, ਅਤੇ ਮਤਲਬ ਇੱਥੇ ਉਹ ਕੀ ਤੋਂ ਡਰ ਗਏ? ਮੇਰੀ ਸਮਝ ਨਹੀਂ ਲੱਗੀ ਮੈਨੂੰ, ਮਤਲਬ ਕੀ ਕਹਿਣਾ ਕੀ ਚਾਹੁੰਦੇ ਨੇ ਉਹ, ਵੀ ਕੀ ਤੋਂ ਬਚ ਕੇ ਆ ਗਏ? ਪਾਕਿਸਤਾਨ ਤੋਂ, ਚੀਨ ਤੋਂ, ਜਾਂ ਆਮ ਨਾਗਰਿਕਾਂ ਤੋਂ? ਜਾਂ ਆਮ ਨਾਗਰਿਕਾਂ ਤੋਂ? ਜੇ ਉਹ ਇੱਥੇ ਹੀ ਇੰਨਾ ਡਰ ਗਏ, ਘਟਣਾ ਤਾਂ ਕੋਈ ਹੋ ਹੀ ਨਹੀਂ। ਇਸ ਤੋਂ ਪਹਿਲਾਂ ਮੈਂ ਤੁਹਾਡੇ ਯਾਦ ਕਰਾਵਾਂ, ਪਟਨੇ ਦੇ ਵਿੱਚ ਪ੍ਰਧਾਨ ਮੰਤਰੀ ਜੀ ਇੱਕ ਰੈਲੀ ਨੂੰ ਸੰਬੋਧਨ ਕਰਨ ਜਾਂਦੇ ਨੇ, ਰੈਲੀ ਦੇ ਵਿੱਚ ਬੰਬ ਚੱਲ ਜਾਂਦਾ, ਬਿਲਕੁਲ, ਤੇ ਪ੍ਰਧਾਨ ਮੰਤਰੀ ਜੀ ਨੇ ਆਪਣਾ ਭਾਸ਼ਣ ਨਹੀਂ ਛੱਡਿਆ ਸੀ, ਪੂਰਾ ਭਾਸ਼ਣ ਕਰਕੇ ਗਏ ਸੀ ਉੱਥੇ, ਬਿਲਕੁਲ। ਮਤਲਬ ਉੱਥੇ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਅੱਜ ਆਪਾਂ ਬਚ ਕੇ ਆ ਗਏ, ਮੈਨੂੰ ਇੱਥੇ ਇਸ ਗੱਲ 'ਤੇ ਇਹ ਕਹਿਣਾ ਵੀ ਮੈਂ ਜਿਉਂਦਾ ਵਾਪਸ ਆ ਗਿਆ, ਮਤਲਬ ਇਸ ਗੱਲ 'ਤੇ ਮੈਨੂੰ ਲੱਗ ਰਿਹਾ ਕਿ ਇਹ ਰਾਜਨੀਤੀ ਕਰ ਰਹੇ ਨੇ। ਇਹ ਪ੍ਰਧਾਨ ਮੰਤਰੀ ਜੀ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ, ਔਰ ਇਸ ਗੱਲ 'ਤੇ ਨਾ ਹੀ ਰਾਜਨੀਤੀ ਸਾਡੀ ਸਟੇਟ ਦੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਮੈਂ ਇਹ ਕਹਿਣਾ ਕਿ ਜਿਹੜੇ ਵੀ ਅਧਿਕਾਰੀ, SPG ਇੱਕ ਗਰੁੱਪ ਹੈ, ਉਹਦੀ ਜ਼ਿੰਮੇਵਾਰੀ ਹੈ ਸਾਰੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਅਧਿਕਾਰੀ ਕਹਿਣ ਕਿ ਇੱਥੇ ਕਿਤੇ ਚੁੱਕ ਹੋਈ ਹੈ, ਉਹ ਬੈਠਣ ਦੋਨੇ ਅਧਿਕਾਰੀ, ਪੰਜਾਬ ਵਾਲੇ ਵੱਡੇ ਅਧਿਕਾਰੀਆਂ ਨੂੰ ਬਿਠਾਉਣ, ਪੰਜਾਬ ਵਾਲੇ ਉਹਨਾਂ ਨੂੰ ਦੱਸ ਦੇਣਗੇ ਵੀ ਤੁਸੀਂ ਸਾਨੂੰ ਕੀ ਨਹੀਂ ਕਨਵੇ ਕੀਤਾ, ਠੀਕ ਹੈ ਕਿ ਨਹੀਂ? ਮੈਨੂੰ ਇਹ ਲੱਗਦਾ। ਹਾਂ, ਜਿਹੜੀ ਗੱਲ ਕੀਤੀ ਆ ਬਾਅਦ 'ਚ, ਇੱਕ ਐਡਾ ਬਿਆਨ ਦੇਣ ਤੋਂ ਬਾਅਦ ਮੁੱਖ ਮੰਤਰੀ ਨੂੰ ਆਪਣਾ ਸਪਸ਼ਟੀਕਰਨ ਦੇਣਾ ਪਿਆ, ਅਤੇ ਮੈਂ ਇਹ ਕਹਿਣਾ ਕਿ ਗ੍ਰਹਿ ਮੰਤਰਾਲਾ ਕਿਉਂ ਨਹੀਂ ਸਪਸ਼ਟੀਕਰਨ ਦਿੰਦਾ ਇਸ ਗੱਲ 'ਤੇ ਕਿ ਇਹਨਾਂ ਨੇ ਕੀ ਕਿਵੇਂ ਸੀ, ਕਿੱਥੇ ਗਲਤੀ ਹੋਈ ਹੈ? ਹੁਣ ਇਹ ਗੱਲ ਖਾਮ ਖਾ ਅਖਬਾਰਾਂ 'ਚ ਲੈ ਕੇ ਆ ਰਹੇ ਨੇ, ਗ੍ਰਹਿ ਮੰਤਰਾਲਾ ਸੈਂਟਰ ਦਾ, ਬਿਲਕੁਲ, SPG ਤਾਂ ਉਹਨਾਂ ਦੇ ਅੰਡਰ ਆਉਂਦਾ ਨਾ, ਮਤਲਬ ਉਹ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਦੱਸਣ ਵੀ ਕਿੱਥੇ ਕੀ ਚੁੱਕ ਹੋਈ ਹੈ, ਮਤਲਬ ਉਹ ਵੀ ਤਾਂ ਉਨੇ ਜ਼ਿੰਮੇਵਾਰ ਨੇ। ਮੈਂ ਇੱਥੇ ਇਹ ਕਹਿਣਾ ਕਿ ਜੇਕਰ ਅੱਜ ਸਾਡੇ BJP ਦੇ ਕਈ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਅਸਤੀਫਾ ਦੇਣ, ਮੈਨੂੰ ਲੱਗਦਾ ਕੇਂਦਰ ਦੇ, ਜੇਕਰ ਇਹ ਮੰਗ ਹੈ, ਫਿਰ ਇੱਥੇ ਕੇਂਦਰ ਦੇ ਗ੍ਰਹਿ ਮੰਤਰੀ, BJP ਮੰਗ ਕਰ ਰਹੀ ਹੈ ਨਾਲ DGP, ਬਿਲਕੁਲ, ਕੇਂਦਰ ਦੇ ਗ੍ਰਹਿ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ, ਫਿਰ ਇਹ ਮੰਗ ਹੋਣੀ ਚਾਹੀਦੀ ਹੈ, ਇਹ ਹਿੰਦੁਸਤਾਨ ਦੇ ਨਾਗਰਿਕਾਂ ਦੀ ਮੰਗ ਹੋਣੀ ਚਾਹੀਦੀ ਹੈ। ਫੇਰ ਤਾਂ ਫਿਰ ਬਚਨ ਵੱਲੋਂ ਹੋਊਗਾ ਹੀ। ਇਸ ਤੋਂ ਬਿਨਾਂ ਮੈਂ ਇਸ ਗੱਲ 'ਤੇ ਬਹੁਤ ਹੈਰਾਨ ਹਾਂ, ਮਤਲਬ ਵੈਸੇ ਤਾਂ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ, ਪ੍ਰਧਾਨ ਮੰਤਰੀ ਜੀ ਕੱਪੜੇ ਦੇਖ ਕੇ ਸਾਰਾ ਕੁਝ ਦੱਸ ਦਿੰਦੇ ਨੇ, ਮਤਲਬ ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇੱਥੇ, ਜਾਂ ਤਾਂ ਉਹਨਾਂ ਦਾ ਭਰੋਸਾ ਨਹੀਂ ਕੀਤਾ, ਜਾਂ ਉਹਨਾਂ ਨੇ ਸੱਚ ਨਹੀਂ ਦੱਸਿਆ ਕਿ ਇੰਟੈਲੀਜੈਂਸੀ ਨੂੰ ਇਹ ਖਬਰ ਨਹੀਂ ਸੀ, ਇੰਟੈਲੀਜੈਂਸ ਨੂੰ ਕਿ ਉੱਥੇ ਕਿੰਨਾ ਘੱਟ ਹੋਏਗਾ। ਮਤਲਬ ਮੈਂ ਤਾਂ ਕਾਲਜਾਂ ਵੇਲੇ ਤੋਂ ਦੇਖਿਆ, ਇੱਕ 20 ਬੰਦਿਆਂ ਦੀ ਰੈਲੀ ਕਰਨੀ ਹੋਵੇ, ਉਹਦਾ ਤਾਂ ਸਾਰਾ ਇੰਟੈਲੀਜੈਂਸ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਕਿਹੜੇ ਰੈਲੀ ਹੋਣਗੇ, ਕਿਹੜਾ ਰੂਟ ਹੋਊਗਾ, ਕੀ ਹੋਊਗਾ। ਕੀ ਇੱਥੇ ਮਤਲਬ ਇਸ ਗੱਲ ਦੀ ਸੂਚਨਾ ਉੱਪਰ ਤੱਕ ਇਕੱਠੀ ਨਹੀਂ ਹੋਈ? ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ, ਨੋਰਮਲੀ ਅਸੀਂ ਇਹਨਾਂ ਨੂੰ ਸਰਕਾਰ ਦਾ ਕੰਨ ਕਹਿੰਦੇ ਹਾਂ ਕਿ ਸਰਕਾਰ ਨੂੰ ਸਾਰਾ ਕੁਝ ਇਹਦੇ ਰਾਹੀਂ ਸੁਣਦਾ, ਤੇ ਜਦੋਂ ਉਹਨਾਂ ਨੇ ਵੀ ਤਾਂ ਰਿਪੋਰਟ ਦਿੱਤੀ ਹੋਊਗੀ ਕਿੰਨਾ ਇਕੱਠ ਹੋਏਗਾ, ਕੀ ਹੋਏਗਾ, ਕੀ ਨਹੀਂ। ਇਸ ਤੋਂ ਬਿਨਾਂ ਜਿਹੜੀ ਮੈਂ ਇਹ ਕਹਿੰਦਾ ਕਿ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਵੱਡੀ ਜਿਹੜੀ
ਸਿਆਣੀ ਗੱਲ ਨਹੀਂ ਕੀਤੀ ਮੇਰੇ ਮੁਤਾਬਕ। ਉਹ ਇਹ ਸੀ ਕਿ ਉਹ ਇੱਕ ਟੋਕਰਾ ਪੈਕੇਜ ਦਾ ਲੈ ਕੇ ਆਏ ਸੀ ਜਿਵੇਂ ਬੀਜੇਪੀ ਕਹਿ ਰਹੀ ਹੈ। ਕਿੰਨਾ ਚੰਗਾ ਹੁੰਦਾ, ਅੱਜ ਕੱਲ੍ਹ ਇੰਨੀ ਐਡਵਾਂਸ ਟੈਕਨੋਲੋਜੀ ਹੋ ਗਈ, ਮੌਸਮ ਖਰਾਬ ਸੀ, ਪ੍ਰਧਾਨ ਮੰਤਰੀ ਜੀ ਨੂੰ ਇਹ ਰਿਸਕ ਬਿਲਕੁਲ ਨਹੀਂ ਸੀ ਲੈਣਾ ਚਾਹੀਦਾ ਬਾਏ ਰੂਟ ਜਾਣ ਦਾ। ਸਾਡੇ ਕੁਛ ਦਿਨ ਪਹਿਲਾਂ ਮੌਸਮ ਦੇ ਖਰਾਬੀ ਕਰਕੇ ਰਿਪੋਰਟ ਵੀ ਆ ਗਈ ਹੈ ਸਾਡੇ ਚੀਫ ਆਫ ਦਾ ਡਿਫੈਂਸ ਸਟਾਫ ਦੀ, ਬਹੁਤ ਹੀ ਮਤਲਬ ਨਿੰਦਣਯੋਗ ਮੌਤ ਹੋਈ ਹੈ, ਬੇਵਕਤੀ ਮੌਤ ਹੋਈ ਹੈ, ਦੇਸ਼ ਨੂੰ ਵੱਡਾ ਘਾਟਾ ਪਿਆ। ਅਸੀਂ ਪਹਿਲਾਂ ਦੋ ਪ੍ਰਧਾਨ ਮੰਤਰੀ ਗੁਆ ਚੁੱਕੇ ਹਾਂ। ਮੈਂ ਪ੍ਰਧਾਨ ਮੰਤਰੀ ਕਹਿੰਦਾ ਇੱਥੇ ਮੈਂ ਨਾਂ ਨਹੀਂ ਲੈਂਦਾ, ਉਹਨਾਂ ਦਾ ਸਿੱਖਾਂ ਨਾਲ ਕੀ ਸੰਬੰਧ ਸੀ, ਇਹ ਗੱਲ ਵੱਖਰੀ ਹੈ, ਪਰ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਸੋ ਇਸ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਚਾਹੀਦਾ ਸੀ ਕਿ ਬਠਿੰਡੇ ਹੀ ਰਹਿੰਦੇ, ਬਠਿੰਡੇ ਰਹਿ ਕੇ ਟੈਕਨੋਲੋਜੀ ਐਡਵਾਂਸ ਹੈ ਉੱਥੇ, ਸਾਰੇ ਐਡੇ ਐਡੇ ਸਕਰੀਨ ਲੱਗੇ ਹੋਏ ਸੀ ਬਠਿੰਡੇ ਤੋਂ ਭਾਸ਼ਣ ਦਿੰਦੇ, ਉੱਥੇ ਜਿੰਨੀ ਆਵਾਮ ਆਈ ਹੋਈ ਸੀ ਸਾਰੇ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਸੁਣਦੇ, ਟੈਲੀਵਿਜ਼ਨ ਰਾਹੀਂ ਸਾਰਾ ਕੁਛ ਮੌਕੇ 'ਤੇ ਹੋ ਜਾਂਦਾ। ਇੱਥੋਂ ਮਨ ਕੀ ਬਾਤ ਰੋਜ਼ ਰੇਡੀਓ 'ਤੇ ਜੇ ਹੋ ਸਕਦੀ ਹੈ, ਬਠਿੰਡੇ ਤੋਂ ਉੱਥੇ ਭਾਸ਼ਣ ਕਿਉਂ ਨਹੀਂ ਦਿੱਤਾ ਜਾ ਸਕਦਾ? ਬਲਕਿ ਸਾਰਾ ਪੈਕੇਜ ਜਿਹੜਾ ਦੇਣ ਆਏ ਸੀ ਉਹ ਦੇ ਕੇ ਜਾਂਦੇ, ਅਨਾਊਂਸਮੈਂਟ ਕਰ ਮੈਂ ਕਿਹਾ ਅਨਾਊਂਸਮੈਂਟ ਵੀ ਕਰਦੇ, ਉਹਨਾਂ ਨਾਲ ਪ੍ਰਧਾਨ ਮੰਤਰੀ ਜੀ ਸਾਹਮਣੇ ਵੀ ਹੁੰਦੇ, ਉੱਥੇ ਵੀ ਤਾਂ ਟੀਵੀ ਲੱਗੇ ਹੋਣਗੇ ਸਾਰੇ ਲੋਕਾਂ ਨੂੰ, ਤਾਂ ਜਿੰਨੀਆਂ ਚੇਅਰਸ ਲੱਗੀਆਂ ਨਹੀਂ ਸੀ ਲੱਗੀਆਂ ਸੀ ਇੰਨੀਆਂ, ਤੇ ਉੱਥੇ ਵੀ ਤਾਂ ਸਕਰੀਨ ਲੱਗੇ ਹੋਣਗੇ ਨਾ ਵੱਡੇ। ਪਹਿਲਾਂ ਵੀ 3D ਰੈਲੀਆਂ ਕਰਦੇ ਰਹੇ ਨੇ, ਮੈਂ ਕਿਹਾ ਵਰਚੁਅਲ ਰੈਲੀ ਅੱਜ ਕੱਲ੍ਹ ਤਾਂ ਕਿਤੋਂ ਕਰ ਲਓ, ਅੱਜ ਕੱਲ੍ਹ ਤਾਂ ਚਾਹੇ ਕੈਨੇਡਾ ਤੋਂ ਕਰ ਲਓ, ਅਮਰੀਕਾ ਤੋਂ ਕਰ ਲਓ, ਅਸੀਂ ਤੁਹਾਡੇ ਨਾਲ ਰੋਜ਼ ਨਹੀਂ ਕਰਦੇ। ਬਿਲਕੁਲ, ਤੇ ਮਤਲਬ ਗੱਲ ਤਾਂ ਇੰਨੀ ਹੋਏ ਨਾ, ਵੱਡਾ ਸਕਰੀਨ ਲਾ ਕੇ ਉੱਥੇ ਦਿਖਾਉਂਦੇ ਕਿ ਪ੍ਰਧਾਨ ਮੰਤਰੀ ਜੀ ਬਠਿੰਡੇ ਤੋਂ ਬੋਲ ਰਹੇ ਨੇ, ਬਠਿੰਡੇ ਪਹੁੰਚ ਗਏ ਸੀ। ਮੈਸੇਜ ਇਹ ਦੇਣਾ ਹੁੰਦਾ ਕਿ ਅਸੀਂ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ, ਇਸ ਲਈ ਪੰਜਾਬ ਆਏ ਸੀ, ਪਰ ਮੌਸਮ ਖਰਾਬ ਹੋਣ ਕਾਰਨ ਉੱਥੇ ਨਹੀਂ ਪਹੁੰਚ ਸਕੇ, ਜਿੱਥੇ ਹੈਗੇ ਉੱਥੋਂ ਹੀ ਇੰਤਜ਼ਾਮ ਕਰਦੇ। ਔਰ ਨਾਲ ਸਾਨੂੰ ਪਤਾ ਲੱਗਦਾ ਕਿ ਸਾਡਾ ਮੁਲਕ ਟੈਕਨੋਲੋਜੀਕਲੀ ਕਿੰਨਾ ਐਡਵਾਂਸ ਹੈ, ਮਤਲਬ ਇਹ 'ਚ ਅਸੀਂ ਇਹ ਵੀ ਦੱਸਦਾ ਵੀ ਸਾਨੂੰ ਮਤਲਬ ਇੰਨੀ ਗੱਲ ਦਾ ਵੀ ਅਸੀਂ ਕਰ ਨਹੀਂ ਸਕਦੇ। ਕੀ 24 'ਚ ਕੁਰਸੀ ਵੀ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ? ਦੇਖੋ, ਉਹ ਤਾਂ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ, ਉਹ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਹੀ ਉਸ ਗੱਲ 'ਤੇ ਤਾਂ ਫੋਕਸ ਰੱਖਣਾ ਹੁੰਦਾ ਹੈ। ਜਿਵੇਂ ਆਪਾਂ ਕਹਿੰਦੇ ਸੀ ਨੇ, ਭੁੱਖੇ ਨੇ ਪਾਈ ਬਾਤ, ਕਹਿੰਦਾ 2 ਤੇ 2 ਕਿੰਨੇ ਹੁੰਦੇ ਨੇ, ਉਹ ਕਹਿੰਦਾ 4 ਰੋਟੀਆਂ। ਸੋ ਇਸ ਕਰਕੇ ਉੱਥੇ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣਾ ਫੋਕਸ ਰੱਖਣਾ ਹੁੰਦਾ, ਰੱਖਿਆ ਵੀ ਜਾਂਦਾ। ਪਰ ਮੈਨੂੰ ਇਹ ਲੱਗ ਰਿਹਾ ਕਿ ਇਸ ਘਟਨਾ ਦੇ ਨਾਲ ਹੈ ਜੀ, ਇਹ ਹੋਇਆ ਕਿ ਸਿਆਸੀ ਤੌਰ 'ਤੇ ਜੋ ਕੁਛ ਹੋਇਆ ਉਹਦਾ ਲਾਹਾ ਲੈਣਾ ਇਹ ਬਹੁਤ ਬੁਰੀ ਗੱਲ ਹੈ। ਅਲਟੀਮੇਟਲੀ ਇਹਦੇ ਵਿੱਚ ਹੋਇਆ ਤਾਂ ਇਹੀ ਹੈ ਕਿ ਇਹ ਘਟਨਾ ਨੂੰ ਐਡੀ ਵੱਡੀ ਘਟਨਾ ਕਰਕੇ, ਬਹੁਤ ਵੱਡੀ ਘਟਨਾ ਕਰਕੇ ਇਹੀ ਹੋਇਆ ਨਾ ਕਿ ਜਿਹੜੇ ਇੱਕ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਡਰਾਓ ਕਿ ਇੱਥੇ ਤਾਂ ਜੀ ਪ੍ਰਧਾਨ ਮੰਤਰੀ ਜਦੋਂ ਸੇਫ ਨਹੀਂ ਹੈਗਾ ਤੁਸੀਂ ਕਿੱਥੇ ਸੇਫ ਹੋ, ਤਾਂ ਕਿ ਫਿਰ ਉਹ ਇੱਕ ਪੋਲਰਾਈਜੇਸ਼ਨ ਵਾਲੀ ਗੱਲ ਇੱਕ ਪੋਲ 'ਤੇ ਇਕੱਠੇ ਹੋਣ। ਪਰ ਪੰਜਾਬ 'ਚ ਇੱਦਾਂ ਦੀ ਗੱਲ ਹੋਣ ਵਾਲੀ ਨਹੀਂ। ਪੰਜਾਬ ਦੇ ਵਿੱਚ ਤੁਹਾਡੇ ਯਾਦ ਹੋਏਗਾ ਜਦੋਂ ਬਹੁਤ ਪਹਿਲਾਂ ਟੈਰਰਿਜ਼ਮ ਦੇ ਸਮੇਂ 'ਚ ਕਿਸੇ ਸਿਰਫਿਰੇ ਲੋਕਾਂ ਨੇ, ਇੱਕ ਵੱਖਰੀ ਆਈਡਿਆਲੋਜੀ ਦੇ ਲੋਕਾਂ ਨੇ ਅੰਨੇਵਾਹ ਗੋਲੀ ਚਲਾ ਕੇ 20 ਬੰਦੇ ਮਾਰਤੇ, 5 ਮਾਰਤੇ, 8 ਮਾਰਤੇ, ਉਹ ਵੱਖਰੀ ਗੱਲ ਹੈ। ਪੰਜਾਬ ਦੇ ਵਿੱਚ ਦੰਗਾ ਨਹੀਂ ਹੋਇਆ, ਉਦੋਂ ਵੀ ਨਹੀਂ ਹੋਇਆ, ਹੁਣ ਤਾਂ ਬਹੁਤ ਗੱਲ ਅੱਗੇ ਲੰਘ ਗਈ, ਹੁਣ ਤਾਂ ਬੜੀ ਅਮਨ ਸ਼ਾਂਤੀ, ਹੁਣ ਕਿਉਂ ਹੋਏਗਾ? ਸੋ ਪੰਜਾਬ ਦੇ ਲੋਕ ਦੰਗਾ ਪਸੰਦ ਕਦੇ ਵੀ ਨਹੀਂ ਕਰਦੇ, ਨਾ ਕਦੇ ਪਹਿਲਾਂ ਕੀਤਾ, ਪਰੰਤੂ ਸਿਆਸੀ ਤੌਰ 'ਤੇ ਉਹ ਮੂਹਰੇ ਹੋ ਕੇ ਚੱਲਦੇ ਨੇ। ਇਹ ਸਿਆਸੀ ਸੱਟ ਮਾਰੀ ਹੈ ਬੀਜੇਪੀ ਨੂੰ, ਬੀਜੇਪੀ ਇਸ ਚੀਜ਼ ਦੀ ਬੁਖਲਾਟ ਵਿੱਚ ਹੈ। ਪਰੰਤੂ ਗੱਲ ਇਹ ਹੈ, ਜਦੋਂ ਤੁਸੀਂ ਬਾਰ ਬਾਰ ਕੰਫੀਡੈਂਸ ਇਕੱਠਾ ਕਰੇ ਬਿਨਾਂ ਬਾਰ ਬਾਰ ਇੱਦਾਂ ਦੇ ਹਮਲੇ ਬੋਲੋਗੇ, ਉਹਦੇ ਨਾਲ ਕਈ ਵਾਰੀ ਨੁਕਸਾਨ ਹੁੰਦਾ, ਇਹਦੇ ਨਾਲ ਬੀਜੇਪੀ ਨੂੰ ਨੁਕਸਾਨ ਹੀ ਹੋਊਗਾ। ਅਤੇ ਇਸ ਦੇ ਨਾਲ ਦੂਸਰਾ, ਸਾਡੇ ਪ੍ਰਧਾਨ ਮੰਤਰੀ ਜੀ ਚੰਗਾ ਹੁੰਦਾ ਜੇਕਰ ਉੱਥੇ ਕੋਈ ਕਿਸੇ ਕਾਰ ਦੇ ਝਰੀਟ, ਕਿਸੇ ਕਾਰ ਦੇ ਰੋੜੀ, ਕਿਸੇ ਕਾਰ ਦੀ ਹਵਾ ਹੀ ਕੱਢ ਦਿੰਦੇ, ਕਿਸੇ ਸਿਪਾਹੀ ਨਾਲ ਜਿਹੜਾ ਬੰਦਾ ਆਪਦੀ ਡਿਊਟੀ ਕਰ ਰਿਹਾ ਸੀ ਪੁਲਿਸ ਦੀ, ਉਹਨਾਂ ਨਾਲ ਬਜ਼ਾਰਾਕਾਰੀ ਕੋਈ ਧੱਕਾ ਮੁੱਕੀ ਹੁੰਦੇ, ਪ੍ਰਧਾਨ ਮੰਤਰੀ ਤੱਕ ਤਾਂ ਛੱਡੋ ਤੁਸੀਂ, ਵੱਡੀ ਗੱਲ ਹੋ ਗਈ ਨਾ। ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨਾਲ ਵੀ ਧੱਕਾ ਮੁੱਕੀ ਹੁੰਦੇ ਜ਼ਰੂਰ ਦਿਖਾਈ ਦਿੰਦਾ, ਫਿਰ ਆਪਾਂ ਮੰਨਦੇ ਵੀ ਪ੍ਰਧਾਨ ਮੰਤਰੀ ਨੂੰ ਕੋਈ ਖਤਰਾ ਸੀ। ਦੇਖੋ, ਇਹਨੂੰ ਦੋ ਗੱਲਾਂ ਨੂੰ ਵੰਡੋ। ਜੇਕਰ ਕੋਈ ਉਹਦੀ ਸੁਰੱਖਿਆ 'ਚ ਕੋਈ ਗਲਤੀ ਹੋਈ ਹੈ ਉਹ ਇੱਕ ਵੱਖਰੀ ਗੱਲ ਹੈ, ਪ੍ਰਧਾਨ ਮੰਤਰੀ ਨੂੰ ਕੋਈ ਖਤਰਾ ਸੀਗਾ ਇਹ ਇੱਕ ਵੱਖਰੀ ਗੱਲ ਹੈ। ਇਸ ਕਰਕੇ ਇਸ ਘਟਨਾ ਦਾ ਪ੍ਰਧਾਨ ਮੰਤਰੀ ਦੇ ਖਤਰੇ ਨਾਲ ਕਿਤੇ ਵੀ ਕੋਈ ਲਿੰਕ ਨਹੀਂ, ਬਿਲਕੁਲ ਕੋਈ ਲਿੰਕ ਨਹੀਂ। ਪਰੰਤੂ ਇਹਨੂੰ ਇਹ ਕਹਿਣਾ
कि जी मैं जिंदा बड़ी मुश्किल नाल बच के आया जां मैं जिंदा बच के आया उन्हूं सुनेहा दे दिओ। ये एरोगेंट है, ये फिर उही गवर्नर मलिक वाली गल दुबारे रिपीट हो रही है जो कुछ उन्हें कहा कि प्रधानमंत्री बहुत एरोगेंट ने। गवर्नर मलिक ने बिल्कुल सही कहा है, इस गल तो लग रहा है कि प्रधानमंत्री बहुत ही हंकारी ने, इदा का हंकार नहीं दिखाना चाहिए। तो इस गल ते किसी भी सियासी पार्टी नू सियासत नहीं करनी चाहिए, देश नाल नहीं खिलवाड़ करना चाहिए। मैं तो ये कहना चाहता सी बल्कि कि इस रैली च प्रधानमंत्री की रैली च क्लीयर करना चाहिए कि सारा खर्चा सरकार का सी जां बीजेपी का सी। जे ये सरकार का सी फिर बीजेपी वाले मतलब एवें कादे लई इकट्ठे किए सी, एवें सियासी रैली क्यों बनाई सी? फिर ये पंजाब सरकार की कलबरेशन नाल मुख्यमंत्री ते प्रधानमंत्री इकट्ठे बैठते, बल्कि मुख्यमंत्री ने तो बयान देता, वह कहिंदा मैं तो अपना भाषण तैयार करी बैठा सी, मैं तो कई सारिया मंगा मन मतलब उन्होंने मनिया सी। पर मैं मुख्यमंत्री जी ने भी बेनती करूँगा भी वह भी इस गलते सियासत ना करन। बिल्कुल कोई भी पार्टी इस गलते सियासत ना करे तो चंगा होगा, क्योंकि देश का मसला है, देश साडा है। ਪੰਜਾਬੀਆਂ ਨੂੰ ਇਸ ਗੱਲ ਦੇ ਨਾਲ ਪ੍ਰਧਾਨ ਮੰਤਰੀ ਜੀ ਦੇ ਕਹਿਣ ਨਾਲ ਵੱਡੀ ਠੇਸ ਪਹੁੰਚੀ ਹੈ। ਮੈਂ ਨਹੀਂ ਕਹਿੰਦਾ ਇੱਕਦਮ ਹਲਦੀ ਘੜੀ, ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾਫ਼ੀ ਮੰਗਣ, ਪਰੰਤੂ ਇਹ ਮਹਿਸੂਸ ਜ਼ਰੂਰ ਕਰਨ ਕਿ ਇਸ ਗੱਲ ਨਾਲ ਜੇ ਪੰਜਾਬੀਆਂ ਨੂੰ ਠੇਸ ਪਹੁੰਚੀ ਹੈ, ਕੋਈ ਰਿਸਕ ਦੀ ਗੱਲ ਨਹੀਂ, ਕੋਈ ਖਤਰਾ ਨਹੀਂ। ਆਪਾਂ ਕਿਸੇ ਦੇ ਘਰ ਜਾ ਕੇ ਬੈੱਲ ਮਾਰ ਦਈਏ ਤੇ ਉਹ ਬੰਦਾ ਤੁਹਾਡੇ ਤੇ ਦੋਸ਼ ਲਾ ਦੇ ਕਿ ਇਹ ਰਾਤ ਨੂੰ ਮੈਨੂੰ ਮਾਰਨ ਆਇਆ ਸੀ, ਤੁਸੀਂ ਦੇਖੋ ਨਾ ਕੀ ਗੱਲ ਬਣਦੀ ਹੈ ਇਹ। ਸੋ ਪ੍ਰਧਾਨ ਮੰਤਰੀ ਜੀ ਉਰੇ ਆਏ ਨੇ, ਮਤਲਬ ਉਹ ਪੰਜਾਬੀਆਂ 'ਤੇ ਦੋਸ਼ ਲਾ ਕੇ ਗਏ ਨੇ। ਮੈਂ ਇਹਨੂੰ ਇੱਦਾਂ ਸਮਝਦਾ ਕਿ ਵੀ ਮੈਨੂੰ ਤਾਂ ਮਤਲਬ ਮਾਰ ਦੇਣਾ ਸੀ ਉਹਨਾਂ ਨੇ, ਮੈਂ ਤਾਂ ਜਿਉਂਦਾ ਬਚਿਆ ਆ। ਸੋ ਇਹ ਦੋਸ਼ ਬਹੁਤ ਮਾੜਾ ਹੈ, ਅਤੇ ਮੈਂ ਨਹੀਂ ਕਹਿੰਦਾ ਮਾਫ਼ੀ ਮੰਗਣ, ਪਰ ਉਹਨਾਂ ਨੂੰ ਇਹ ਜ਼ਰੂਰ ਕਿਤੇ ਕਹਿਣਾ ਚਾਹੀਦਾ ਕਿ ਮੈਨੂੰ ਇਹ ਸ਼ਬਦ ਨਹੀਂ ਸੀ ਵਰਤਣੇ ਚਾਹੀਦੇ। ਜੇਕਰ ਮੇਰੇ ਲੋਕਾਂ ਨੂੰ, ਮੇਰੇ ਆਵਾਮ ਨੂੰ, ਮੇਰੀ ਜਨਤਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਇਹ ਸ਼ਬਦ ਮੈਨੂੰ ਨਹੀਂ ਸੀ ਕਹਿਣੇ ਚਾਹੀਦੇ। ਮੈਂ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖੂੰਗਾ, ਮੈਂ ਇਸ ਹੱਕ ਦਾ ਬਤਾ। ਜੀ ਬਿਲਕੁਲ, ਧਾਲੀਵਾਲਾ ਸਾਹਿਬ ਸ਼ੁਕਰੀਆ ਵਿਚਾਰ ਰੱਖਣ ਲਈ। ਧੰਨਵਾਦ ਦੋਸਤੋ। ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਨੇ ਸਾਰੇ ਮਸਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ, ਕਿਉਂਕਿ ਮੁੱਦਾ ਬੜਾ ਸੈਂਸਿਟਿਵ ਸੀ, ਸਮਝਣਾ ਵੀ ਇਹ ਜ਼ਰੂਰੀ ਸੀ, ਦੇਖਣਾ ਵੀ ਜ਼ਰੂਰੀ ਸੀ ਕਿ ਆਖਰ ਜੋ ਬੁਰਾ ਘਟਨਾਕ੍ਰਮ ਵਾਪਰਿਆ ਇਹਦੇ ਪਿੱਛੇ ਦੀ ਅਸਲ ਕਹਾਣੀ ਹੈ ਕੀ। ਸਾਰੀ ਤੁਹਾਡੇ ਸਰਮੁਖ ਰੱਖੀ, ਜੋ ਤੁਹਾਡਾ ਸੁਝਾਅ ਉਹ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਦੇ ਵਿੱਚ ਜ਼ਰੂਰ ਭੇਜਿਓ, ਅਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ 'ਤੇ। ਧੰਨਵਾਦ।